ਸ਼ੀਤਲ ਜੀ ਸਾਰਿਆਂ ਨੂੰ ਜਿੱਦਾਂ ਕਿ ਆਪਾਂ ਲਾਸਟ ਵਾਲੇ ਵਲੌਗ ਵਿੱਚ ਪ੍ਰੋਮਿਸ ਕੀਤਾ ਸੀ ਹੈ ਨਾ, ਫਿਰ ਅੱਜ ਆਪਾਂ ਤੁਹਾਨੂੰ ਸਾਡੀ ਜਗ੍ਹਾ ਘੁਮਾਵਾਂਗੇ। ਮੈਂ ਹੁਣ ਕੰਮ 'ਤੇ ਚੱਲੀ ਹਾਂ, ਫਿਰ ਆਪਾਂ ਔਨ ਦੀ ਟਾਈਮ ਸ਼ੂਟ ਕਰਾਂਗੇ। ਉਦੋਂ ਤੱਕ ਅਮਨ ਵੀ ਫ੍ਰੀ ਹੋ ਚੁੱਕੇ, ਫਿਰ ਕਿੱਥੇ ਜਾਵਾਂਗੇ? ਚਲੋ ਠੀਕ ਹੈ, ਫਿਰ ਮਿਲਦੇ ਹਾਂ। ਨਿਕਲ ਪਏ ਆਪਾਂ, ਆਈ ਮੀਨ ਉੱਤਰ ਆਏ ਹਾਂ। ਹਾਏ ਪਿੱਛੇ ਬੱਦਲ ਕਿੰਨੇ ਸੋਹਣੇ ਹੈ ਨਾ, ਓਹੋ ਠੰਡ ਮੈਂ ਜੀ ਕਰਦਾ, ਟੋਪੀ ਲੈ ਲਾ। ਪਰ ਚਲੋ ਉਹਦੇ ਨੂੰ ਆਪਾਂ ਪਹੁੰਚ ਹੀ ਜਾਣਾ। ਜੈਕਟ ਜੁਕਟ ਬੰਦ ਕਰੀਏ, ਹੁਣ ਇੰਨੀ ਠੰਡ ਲੱਗਦੀ ਹੁੰਦੀ ਨਾ, ਉੱਪਰ ਦੀ ਜੈਕਟ ਚੜ੍ਹਾਉਣੀ ਪੈਂਦੀ ਹੈ। ਤੁਸੀਂ ਦੇਖ ਹੀ ਰਹੇ ਹੋ, ਹਵਾ ਇੰਨੀ ਚੱਲੀ ਜਾਂਦੀ ਆ, ਇੰਨੀ ਠੰਡੀ ਹਵਾ ਨਾ, ਇੰਨੀ ਠੰਡੀ ਹਵਾ ਜਿਵੇਂ ਮਤਲਬ ਹਜੇ ਤਾਂ ਅਭੀ ਤੋਂ ਸ਼ੁਰੂਆਤ ਹੈ, ਪਤਾ ਨਹੀਂ ਅੱਗੇ ਜਾ ਕੇ ਕੀ ਹੋਣਾ। ਸੋਰੀ, ਮੇਰਾ ਵਲੌਗ ਸ਼ੂਟ ਕਰਨ ਦਾ ਜਮਾਂ ਮਨ ਨਹੀਂ ਕਰਦਾ ਪਿਆ, ਵਾਪਸੀ ਨਹੀਂ ਆਉਂਦੀ ਵੀ ਮੈਂ ਉਦੋਂ ਦੀ ਬੈਠੀ ਹੋਈ ਹਾਂ ਇੱਥੇ, ਆਈ ਨਹੀਂ। ਨੋਟ ਇਨ ਸਰਵਿਸ ਵਾਲੀਆਂ ਬੱਸਾਂ ਲੰਘੀ ਜਾਂਦੀਆਂ, ਭਲਾ ਤੁਸੀਂ ਖਾਲੀ ਬੱਸਾਂ ਲਈ ਜਾਂਦੇ ਹੋ ਅਤੇ ਉਹ ਸਾਡੇ ਅੱਗੇ ਭਲਾ ਕਰ ਦਿਓ। ਹਾਂ ਬਾਲੇ ਬਣਦੇ, ਹਾਂ ਮੈਨੂੰ ਤਾਂ ਭੁੱਖ ਵੀ ਲੱਗ ਗਈ, ਹੁਣ ਮੈਂ ਹਾਈਡਰੇਟ ਚੀਜ਼ ਖਾਣ ਲੱਗੀ। ਖਾਓਗੇ? ਯਾਰ ਇੱਕ ਹੋਰ ਬੱਸ ਆਉਂਦੀ, ਮੈਨੂੰ ਲੱਗਦਾ ਵੀ ਨੋਟ ਇਨ ਸਰਵਿਸ ਹੀ ਹੋਣੀ ਆ। ਸੱਚੀ ਬਹੁਤ ਗੁੱਸਾ ਚੜ੍ਹਦਾ, ਪਤਾ ਮੈਂ ਉੱਧਰਲੇ ਸਟੋਪ 'ਤੇ ਸੀ, ਮੈਂ ਸੋਚਿਆ ਉੱਧਰ ਪਹਿਲਾਂ ਆ ਜਾਂਦੀ ਹੁੰਦੀ ਅੱਗੇ ਬੱਸ ਹੈ ਨਾ, ਉੱਧਰ ਗਈ। ਉਦੋਂ ਉੱਥੇ ਉੱਥੇ ਵੀ ਨਹੀਂ ਬੱਸ ਆਈ ਨਾ ਮੈਪ 'ਤੇ ਸ਼ੋਅ ਕੀਤਾ, ਹੁਣ ਮੈਂ ਇੱਧਰ ਜਦੋਂ ਹੀ ਆ ਕੇ ਬੈਠੀ ਉੱਧਰ ਬੱਸ ਨਾ ਗਈ। ਇੱਥੇ ਇੱਕ ਘੰਟਾ ਹੋਰ ਦੱਸਦੇ ਪਏ ਆ, ਅਤੇ ਹੁਣ ਫਿਰ ਫਰਾਈਡੇ ਸੀ ਅੱਜ ਤਾਂ ਉੱਥੇ ਵੀ ਨਹੀਂ ਜਾਇਆ ਜਾਣਾ, ਉਹ ਭੂਤਾਂ ਵਾਲਾ ਸੈਕਸ਼ਨ ਵੇਖਣਾ ਸੀ। ਮੈਂ ਤਾਂ ਉੱਧਰ ਵੀ 10 ਮਿੰਟਾਂ 'ਚ ਮੈਨੂੰ ਤਾਂ ਕੁਛ ਨਹੀਂ ਦੇਖਿਆ ਗਿਆ, ਮੈਂ ਤੁਹਾਨੂੰ ਵੀ ਆਖਿਆ ਸੀ ਮੈਂ ਦਿਖਾਊਂਗੀ, ਹੁਣ ਮੈਂ ਕੀ ਕਰਾਂ, ਜਾਂਦਿਆਂ ਨੂੰ ਬੰਦ ਹੋ ਜਾਣਾ। ਚੱਲ ਫਿਰ ਕਿਸੇ ਦਿਨ। ਇੰਨੇ ਗੰਦੇ ਬੱਸ ਵਾਲੇ, ਚਲੋ ਫਿਰ ਮੈਂ ਬਿਸਕਿਟ ਤਾਂ ਖਾਵਾਂ ਹੁਣ, ਹਜੇ ਬੱਸ ਨਹੀਂ ਆਏ। ਮੈਨੂੰ ਲੱਗਦਾ ਮੈਨੂੰ ਭੁਲੇਖਾ ਹੀ ਸੀ, ਵੈਸੇ ਵੀ ਮੈਨੂੰ ਪਤਾ ਉਹਨੇ ਟਾਈਮ 'ਤੇ ਹੀ ਆਉਣਾ ਆਪਦੇ 'ਤੇ, ਉਦੋਂ ਪਹਿਲਾਂ ਨੋਟ ਇਨ ਸਰਵਿਸ ਹੀ ਆਉਣੀ ਆ, ਨਹੀਂ ਤਾਂ ਨਾ ਸੀ। ਕਾਲੀ ਕਾਲੀ ਮੇਰੀ ਫੋਟੋ ਆ ਉਹ ਸਾਹਮਣੇ, ਆਹ ਪਿੱਛੇ ਨਾ ਇਹਦੀ ਚਮਕ ਇੱਧਰ ਪੈਂਦੀ ਹੋਈ ਆ, ਉਹ ਪਿੱਛੇ ਦੇਖੋ ਕਿਤੇ ਬੱਸ ਨਹੀਂ ਆਉਂਦੀ ਪਈ। ਹੁਣ ਮੈਂ ਖਾਈ ਜਾਂਦੀ ਹਾਂ ਅਤੇ ਸਾਈਡ ਪੋਕਿਟ 'ਚ ਪਾਈ ਜਾਂਦੀ ਹਾਂ ਵਾਰੀ ਵਾਰੀ, ਮਿੰਟ ਕੁ ਬਾਅਦ ਮੈਂ ਬਿਸਕਿਟ ਜਿਹਾ ਕੱਢ ਕੇ ਖਾ ਲੈਂਦੀ ਹਾਂ। ਫਾਈਨਲੀ ਬੱਸਾਂ ਹੀ ਮਿਲੀ, ਬਸ ਮੈਂ ਤਾਂ ਚੱਲੀ ਸੀ ਦੂਜੇ ਵਾਲੇ ਸਟੋਪ 'ਤੇ, ਬਟ ਮਿਲੀ ਗਈ ਮੈਨੂੰ ਦੂਰੋਂ ਹੀ ਦਿਖੀ, ਮੈਂ ਇੱਕ ਵਾਰ ਚੈੱਕ ਕਰ ਹੀ ਆ। ਪਹੁੰਚ ਗਏ ਜੀ ਆਪਾਂ ਘਰੇ, ਲਾਈਟਾਂ ਲੁਕਟਾਂ ਅੱਧੀਆਂ ਕੌਣ ਬਾਕੀ ਕਰੀਏ, ਅਤੇ ਖਲਾਰਾ ਆਪਾਂ ਪਾ ਤਾ ਪੂਰਾ ਪਿੱਛੇ ਸੈੱਟ, ਅਤੇ ਕੱਪੜੇ ਕੁਪੜੇ ਜਲਦੀ ਜਲਦੀ, ਜੈਕਟ ਜੁਕਟ ਲਾਈ, ਠੰਡ ਬਹੁਤ ਸੀ ਬਾਹਰ। ਅਤੇ ਹੁਣ ਮੈਂ ਸੋਚਦੀ ਪਹਿਲਾਂ ਤਾਂ ਭੁੱਖ ਲੱਗੀ ਆ, ਇੱਕ ਰੋਟੀਆਂ ਬਣਾਉਣੀਆਂ, ਆਟਾ ਗੁੰਨਣਾ। ਇਟ ਇਜ਼ ਸੱਚ ਅ ਡਿਫੀਕਲਟ ਵਰਕ ਫੋਰ ਮੀ। ਚਲ ਕੋਈ ਨਾ, ਇੱਥੇ ਮੰਮੀ ਨੇ ਨਹੀਂ ਆ ਕੇ ਬਣਾ ਕੇ ਦੇਣੀ, ਹੋਈਏ ਫਿਰ ਆਪਾਂ ਸ਼ੁਰੂ, ਆ ਜਾਓ ਫਿਰ। ਚਲੋ ਹੁਣ ਆਪਾਂ ਗੁੰਨਦੇ ਹਾਂ, ਖੜਕਾ ਹੋ ਗਿਆ ਆਟਾ। ਮੈਂ ਨਾ ਪਤਾ ਕਿ ਆਟੇ ਵਾਲੀ ਜਿਹੜੀ ਉਹ ਹੁੰਦੀ ਆ, ਉਹ 'ਚੋਂ ਮੈਂ ਕੜਛੀ ਨਾ ਕੱਢਦੀ ਹੁੰਦੀ ਹੈ। ਹੁਣ ਆਪਾਂ ਇਹ ਜਾਦੂਈ ਮੱਗ 'ਚੋਂ ਗਰਮ ਪਾਣੀ ਕੱਢਾਂਗੇ ਅਤੇ ਆਟਾ ਗੁੰਨਾਂਗੇ। ਚਲੀਏ, ਇਹ ਤੁਹਾਨੂੰ ਦਿਖਦਾ ਨਹੀਂ ਹੋਣਾ, ਇੱਥੇ ਵੀ ਨਹੀਂ ਦਿਸਦਾ, ਸੋਰੀ ਆਈ ਕਾਂਟ ਡੂ ਐਨੀਥਿੰਗ, ਮੈਂ ਬੜੀ ਮੁਸ਼ਕਿਲ ਨਾਲ ਕੈਮਰਾ ਐਡਜਸਟ ਕੀਤਾ। ਨੁਕਸ ਨਾ ਕੱਢਿਓ ਚੰਗਾ, ਮੈਂ ਉਵੇਂ ਹੱਟ ਲਾਉਂਦੀ ਹਾਂ। ਇੱਕ ਮੇਰੀ ਸਹੇਲੀ ਇੱਥੇ ਆਈ ਹੋਈ ਆ ਹੈ ਨਾ, ਨਵੀਂ ਨਵੀਂ ਆਈ, ਹੁਣ ਮੈਂ ਦੋ ਤਿੰਨ ਦਿਨਾਂ ਲਈ ਇੱਥੇ ਲੈ ਕੇ ਆਊਂ, ਮੈਂ ਰੋਟੀਆਂ ਪਕਾ ਕੇ ਦੇ ਮੈਨੂੰ।
ਹੋਰ ਕੀ ਆ, ਕਿਸੇ ਕੰਮ ਦਾ ਆਵੇ ਮੇਰੇ। ਫਿਰ ਮੈਂ ਵਲੌਗ 'ਚ ਵਿਖਾਊਂਗੀ ਤੁਹਾਨੂੰ ਕਿ ਉਹ ਮੇਰੀ ਸੇਵਾ ਕਰਦੀ ਆ। ਭੁੱਤ ਵਾਲਾ ਸੈਕਸ਼ਨ ਜਿਹਾ ਰਹੀ ਨਾ, ਟਾਈਮ ਲੱਗ ਗਿਆ ਕਦੇ ਆਉਂਦੀ ਸੀ ਬੱਸ ਨੇ, ਇੰਨਾ ਲੇਟ ਕਰਤਾ, ਬੜੀ ਵੱਡੀ ਬੱਸ ਜੀ। ਟਿੰਗ ਟਿੰਗ ਹਬੀ, ਇੱਥੇ ਫਾਸਟ ਮੋਡ ਲਾ ਦਿਓ ਤਾਂ ਕਿ ਮੈਂ ਮਿੰਟ 'ਚ ਐਂ ਕਰਕੇ ਆਟਾ, ਜੇ ਮੈਂ ਚੁਟਕੀ ਮਾਰਾਂ ਆਟਾ ਹੋਵੇ ਗੁੰਨਿਆ ਮੇਰੇ ਕੋਲ ਪੈਣਾ। ਜ਼ਿੰਦਗੀ 'ਚ ਵੀ ਫਾਸਟ ਮੋਡ ਲੱਗਦਾ ਹੁੰਦਾ ਨਾ, ਮੈਂ ਐਂ ਚੁਟਕੀ ਮਾਰਨੀ, ਹੈਪੀ ਨੇ ਮੇਰੇ ਸਾਹਮਣੇ ਆ ਜਾਣਾ, ਮੈਂ ਚੁਟਕੀ ਮਾਰੀ ਭਾਬੀ ਸਾਹਮਣੇ ਆ। ਮੈਨੂੰ ਲੱਗਾ ਕਿਤੇ ਸੜਨ ਦੀ ਆਵਾਜ਼ ਆਉਂਦੀ, ਮੈਂ ਕਿਹਾ ਕਿਤੇ ਹੋਰ ਨਾ ਪਲਾਸਟਿਕ ਹੀ ਸੜ ਜੇ। ਆਉਂਦੀ ਪਈ ਨਾ ਮਾਰੋ, ਪਾਣੀ ਸੜਦਾ ਪਿਆ ਫਿਰ, ਇੱਕ ਤਾਂ ਮੇਰੇ ਵਾਲ ਮੂਹਰੇ ਹੋਈ ਜਾਂਦੇ। ਮੇਰਾ ਕੌਫੀ ਪੀਣ ਨੂੰ ਜੀ ਕਰੀ ਜਾਂਦਾ, ਕਾਸ਼ ਟਿਮ ਨੇੜੇ ਹੁੰਦਾ, ਇੰਨੀ ਦੂਰ ਕਿਹੜਾ ਜਾਵੇ, ਕਿਹੜਾ ਜਾਵੇ ਇੰਨੀ ਠੰਡ 'ਚ। ਫਿਰ ਫਿਰ ਵਾਪਸ ਆ ਵੀ ਉਦੋਂ ਨੂੰ ਕੌਫੀ ਵੀ ਠਰ ਜਾਂਦੀ, ਸੜੀ ਜਾਂਦਾ ਤਵਾ ਜਾ। ਸਹੀ ਆ ਸਹੀ ਆ, ਮੈਨੂੰ ਐਂ ਲੱਗੀ ਜਾਂਦਾ ਜਿਵੇਂ ਕੋਈ ਮੇਰੇ ਉੱਤੇ ਨਿਗਾਹ ਰੱਖਦਾ ਹੁੰਦਾ। ਰੋਟੀ ਸਹੀ ਬਣਾਉਣੀ ਪਈ ਆ ਨਾ, ਨਹੀਂ ਤਾਂ ਵੇਲਣਾ ਪਊ। ਐਂ ਫੀਲ ਹੁੰਦਾ ਗਿਆ ਮੈਨੂੰ, ਜਿਵੇਂ ਮੈਨੂੰ ਐਂ ਫੀਲ ਹੁੰਦਾ ਜਿਵੇਂ ਪਤਾ ਤੁਸੀਂ ਸਾਰੇ ਜਣੇ ਐਂ ਕਰਕੇ ਖੜੇ ਹੁੰਦੇ ਕਿ ਅਬ ਕਿਆ ਬਣਾਏਗੀ, ਜੇ ਕਿ ਸਹੀ ਬਣਾਉਂਦੀ ਹੈ ਕਿ ਨਹੀਂ, ਐਂ ਦੇ ਫੀਲ ਹੁੰਦਾ ਫਿਰ। ਪਹਿਲੀ ਰੋਟੀ ਆਪਾਂ ਭਾਤੀ ਆ ਤਵੇ 'ਤੇ, ਦੇਖੋ ਮੇਰੇ ਕੋਲ ਘਿਓ ਦਾ ਕਿੱਡਾ ਵੱਡਾ ਡੱਬਾ। ਹਾਏ ਹਾਏ, ਦੂਜੀ ਰੋਟੀ ਤਾਂ ਵੇਲੀ ਨਹੀਂ ਤਾਂ ਭੁੱਲ ਗਿਆ, ਤਾਂ ਮੈਨੂੰ ਗੱਲਾਂ 'ਚ ਲਾ ਲੈਂਦੇ ਆ। ਪਤਾ ਨਹੀਂ ਲੱਗਦਾ ਮੈਂ ਕਿੰਨੀ ਬਿਜ਼ੀ ਹਾਂ ਕਿੱਡੇ ਵੱਡੇ ਕੰਮ 'ਚ। ਅੱਜ ਮੈਂ ਟੀ ਸ਼ਰਟ ਨਾਲ ਦੀ ਬਿੰਦੀ ਲੈ ਕੇ ਗਈ ਸੀ। ਚਲੋ ਜੀ, ਰੋਟੀ ਆਪਣੀ ਗਈ ਆ ਬਣ, ਹੁਣ ਛੇਤੀ ਫਰੈਸ਼ ਫਰੁਸ਼ ਹੋਈਏ, ਚੇਂਜ ਚੁੰਜ ਕਰੀਏ, ਆਪਾਂ ਕਰ ਲਈਏ ਪੈਕ, ਫਿਰ ਆ ਕੇ ਖਾਂਦੇ ਹਾਂ, ਨਹਾਈਏ ਨੁਹਾਈਏ। ਮੈਂ ਨਾ ਰੋਟੀ ਵੀ ਖਾ ਲਈ ਆ, ਮੈਨੂੰ ਭੁੱਖ ਬੜੀ ਲੱਗੀ ਸੀ, ਹੁਣ ਮੈਨੂੰ ਨੀਂਦ ਆਈ ਆਉਂਦੀ ਆ, ਠੰਡ ਵੀ ਬੜੀ ਆ। ਫਿਰ ਹੁਣ ਹੈਪੀ ਵੀ ਉੱਠ ਪਏ ਆ, ਫਿਰ ਹੁਣ ਛੇਤੀ ਮੈਂ ਸੌਣਾ ਅਤੇ ਮੈਂ ਗੱਲ ਕਰਨੀ ਹੈ, ਇਸ ਲਈ ਮੈਂ ਹੁਣ ਵਲੌਗ ਸ਼ੂਟ ਕਰਨਾ ਬੰਦ ਕਰ ਰਹੀ ਹਾਂ। ਸੋ ਓਕੇ ਬਾਏ, ਟਾਟਾ ਸਾਰਿਆਂ ਨੂੰ, ਜਿਵੇਂ ਮੈਂ ਬਹੁਤ ਸੀਰੀਅਸ ਗੱਲ ਕਰਦੀ ਹੁੰਦੀ ਹਾਂ। ਚਲ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਨੂੰ ਲੱਗਦਾ ਮੈਂ ਅੱਜ ਸਾਰਿਆਂ ਨੂੰ ਬੁਲਾਇਆ ਨਹੀਂ ਸੁਬਹ, ਹੈ ਨਾ, ਮੈਨੂੰ ਇਹ ਹੁਣੇ ਚੇਤਾ ਆਇਆ। ਸੋ ਵੈਲਕਮ ਟੂ ਨੀ ਕਹਿਣਾ, ਬਾਏ ਬਾਏ ਟੂ ਅਰ ਚੈਨਲ ਨਵ ਹੈਪੀ ਬੁੱਲਰ। ਉਮੀਦ ਕਰਦੀ ਹਾਂ ਸਾਰਿਆਂ ਨੇ ਸਬਸਕ੍ਰਾਈਬ ਕੀਤਾ ਹੋਊਗਾ, ਅਤੇ ਥੈਂਕ ਯੂ ਸੋ ਮੱਚ ਤੁਹਾਡੇ ਸਾਰਿਆਂ ਦਾ। ਹੁਣ ਤੱਕ ਦਾ ਸਫ਼ਰ ਬਹੁਤ ਵਧੀਆ ਰਿਹਾ, ਅੱਗੇ ਦਾ ਵੀ ਵਧੀਆ ਹੀ ਰਹੂਗਾ, ਅਤੇ ਛੇਤੀ ਛੇਤੀ ਹੈਪੀ ਆ ਜਾਣ ਤਾਂ ਵਧੀਆ ਤੋਂ ਵੀ ਵਧੀਆ ਹੋ ਜੂਗਾ। ਫਿਰ ਉਹ ਕਰਦੇ ਆ ਕਾਲ ਅਤੇ ਮੈਂ ਵੀ ਸੌਣਾ, ਫਿਰ ਹੀ ਮੈਨੂੰ ਨੀਂਦ ਆਉਣੀ, ਨਹੀਂ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਸਰਖਾ ਹੀ ਜਾਣਾ ਕਿ ਮੈਨੂੰ ਨੀਂਦ ਨਹੀਂ ਆਉਂਦੀ, ਮੈਂ ਨੀਂਦ ਨਹੀਂ ਆਉਂਦੀ, ਮੈਂ ਨੀਂਦ ਨਹੀਂ ਆਉਂਦੀ। ਚਲ ਠੀਕ ਹੈ ਜੀ, ਮਿਲਦੇ ਆ ਫਿਰ ਆਪਾਂ ਅੱਗੇ ਵਲੌਗ 'ਚ। ਸੋ ਸੋਰੀ ਕਿ ਉਹ ਹੁਣ ਸ਼ੂਟ ਨਹੀਂ ਹੋ ਪਾਇਆ ਕਿਉਂਕਿ ਮੈਂ ਲੇਟ ਹੋ ਗਈ ਅਤੇ ਫਿਰ ਸਟੋਰ ਫਿਰ ਬੰਦ ਹੋ ਗਿਆ ਹੋਣਾ। ਕੋਈ ਨਾ, ਟਰਾਈ ਕਰਦੇ ਹਾਂ ਤੋ ਜਿੱਦਣ ਵੀ ਟਾਈਮ ਮਿਲਿਆ, ਕੁਝ ਆਲਵੇਜ਼ ਆਪਾਂ ਲੇਟ ਹੋ ਜਾਂਦੇ ਹਾਂ, ਟਾਈਮਿੰਗ ਦਾ ਸੈੱਟ ਨਹੀਂ ਆ ਪਾਉਂਦਾ, ਤਾਂ ਕਰਕੇ ਕੋਈ ਨਾ, ਜਿੱਦਾਂ ਵੀ ਹੋਇਆ ਆਪਾਂ ਜਲਦੀ ਤੋਂ ਜਲਦੀ ਸ਼ੂਟ ਕਰ ਲਈ। ਮੈਂ ਸਾਰੀਆਂ ਚੀਜ਼ਾਂ ਦੇਖ ਕੇ ਆਉਣੀ ਕਿਉਂਕਿ ਮੈਨੂੰ ਇੱਦਾਂ ਦੀਆਂ ਚੀਜ਼ਾਂ ਦੇਖਣ 'ਚ ਬਹੁਤ ਵਧੀਆ, ਬੜਾ ਮਜ਼ਾ ਆਉਂਦਾ, ਹੈ ਨਾ। ਚਲੋ ਠੀਕ ਆ, ਬਾਏ ਬਾਏ, ਆਪਾਂ ਜ਼ਿਆਦਾ ਲੈਕਚਰ ਨਹੀਂ ਦੇਣਾ, ਮੈਨੂੰ ਠੰਡ ਬਹੁਤ ਲੱਗੀ ਜਾਂਦੀ, ਮੈਨੂੰ ਨੀਂਦ ਆਈ ਜਾਂਦੀ ਆ। ਓਕੇ ਬਾਏ।
वेट वेट वेट, सोने से पहले कुछ मीठा। डिग पे मैं बस स्टॉप पर बैठ के भी यही खाँदी सी, हाइड एंड सीक दे बिस्किट। मैं फिर खाऊंगी, सौन तो पहले मैं चॉकलेट जरूर खा के खानी हूँ। अरे खानी है, मैं नहीं देनी। चलो ठीक है जी, बाय बाय।